ਕਬੀਰ ਲਵਪ੍ਰੀਤ ਸਿੰਘ ਫੱਤੇ ਵਾਲਾ ਜਿਹੜਾ ਅੱਜ ਕੱਲ੍ਹ ਗੱਲ ਕਰ ਲਈਏ ਤਾਂ ਗੀਤ ਗਾ ਕੇ ਜਿਹੜੇ ਕਾਫੀ ਮਸ਼ਹੂਰ ਨੇ, ਗੀਤ ਗਾਉਂਦੇ ਨੇ ਅਤੇ ਨਸ਼ਿਆਂ ਦੇ ਸਰਕਾਰਾਂ ਤਾਂ ਭਾਅ ਜੀ ਕਾਫੀ ਆਈਆਂ, ਦਾਅਵੇ ਵੀ ਵੱਡੇ ਵੱਡੇ ਉਹਨਾਂ ਵੱਲੋਂ ਕੀਤੇ ਜਾਂਦੇ ਆ। ਪਹਿਲਾਂ ਨਸ਼ਿਆਂ ਦੇ ਮੁੱਦੇ ਉੱਤੇ ਇਹਨਾਂ ਦੇ ਪੰਜਾਬ ਦੇ ਨਾ ਖਾਸ ਜਾਂ ਬੇਅਦਬੀ ਦੇ ਮੁੱਦੇ ਉੱਤੇ ਕਿਹਾ ਜਾਂਦਾ ਵੀ ਇਹਨਾਂ ਮੁੱਦਿਆਂ ਨੂੰ ਆਪਾਂ ਸਭ ਤੋਂ ਪਹਿਲਾਂ ਹੱਲ ਕਰਾਵਾਂਗੇ। ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਇਹ ਮੁੱਦੇ ਜ਼ਿਆਦਾ ਨਹੀਂ ਰਹਿੰਦੇ ਜੀ। ਇਹ ਤਾਂ ਗੱਲ ਹੈ, ਕਿਉਂਕਿ ਸਾਡੇ ਲੋਕਾਂ ਦੀ ਵੀ ਗਲਤੀ ਹੈ ਨਾ ਜੀ। ਸਾਡੇ ਲੋਕ ਐਨ 4 ਸਾਲ ਜਮਾਂ ਰੱਜ ਕੇ ਕੁੱਟ ਖਾਈ ਜਾਂਦੇ ਨੇ ਜੀ, ਐਨ ਮੌਕੇ 'ਤੇ ਆ ਕੇ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਸੋਫੀਆ ਦਾਰੂ 'ਤੇ ਵਿਕ ਜਾਂਦੇ ਨੇ। ਸਾਡੇ ਲੋਕਾਂ ਦੀ ਵੀ ਗਲਤ, ਸਿਸਟਮ ਵੀ ਨਹੀਂ ਮਾੜਾ, ਦੋਨੇ ਪਾਸੇ ਗੱਲ ਹੈ ਜੀ। ਤਾੜੀ ਹੱਥ ਨਾਲ ਨਿਭਾਈ, ਸਾਡੇ ਲੋਕ ਵੀ ਮਾੜੇ ਨੇ। ਸਾਡੇ ਲੋਕ ਯਾਦ ਰੱਖਣ ਕਿ ਕਿਸਾਨੀ ਸੰਘਰਸ਼ ਹੋਏ ਸੀ, ਕਿੰਨੇ ਸ਼ਹੀਦ ਹੋਏ ਪਰ ਕਿੰਨੇ ਕਿੰਨੇ ਮੁੱਲ ਪਾਏ ਆ, ਸਭ ਤੁਹਾਡੇ ਸਾਹਮਣੇ ਫਿਰ ਵਿਕ ਜਾਂਦੇ ਨੇ। ਇਹੀ ਬਦਲਾ ਹੈ ਜੀ। ਨੌਜਵਾਨਾਂ ਦਾ ਨਸ਼ਿਆਂ 'ਚ ਜਾਣ ਦਾ ਕਾਰਨ ਕੀ ਲੱਗਦਾ? ਤੁਸੀਂ ਵੀ ਇੱਕ ਨੌਜਵਾਨ ਹੋ, ਤੁਸੀਂ ਤਾਂ ਨਹੀਂ ਕੋਈ ਨਸ਼ਾ ਕਰਦੇ? ਅਸੀਂ ਵੀ ਨੌਜਵਾਨ ਹਾਂ, ਸਾਡਾ ਕੈਮਰਾਮੈਨ ਵੀ, ਹੋਰ ਵੀ ਇੱਥੇ ਹੋਰ ਵੀ ਹਜ਼ਾਰਾਂ ਨੌਜਵਾਨ ਜਿਹੜੇ ਨਸ਼ਾ ਨਹੀਂ ਕਰਦੇ ਆ, ਪਰ ਜਿਹੜੇ ਨਸ਼ੇ ਦਲਦਲ 'ਚ ਫਸ ਜਾਂਦੇ, ਕਾਰਨ ਕੀ ਲੱਗਦਾ ਕਿ ਅਜਿਹਾ ਉਹਨਾਂ ਦੇ ਦਿਮਾਗ 'ਤੇ ਕਿਹੜਾ ਅਸਰ ਪੈਂਦਾ ਜੀ? ਬੇਰੁਜ਼ਗਾਰੀ ਜੀ, ਉਹਨਾਂ ਨੇ ਚਿਰ ਪੜ੍ਹਾਈਆਂ ਕਰਦੇ ਨੇ, ਬੇਬੇ ਬਾਪੂ ਔਖੇ ਹੋ ਕੇ ਪੜ੍ਹਾਉਂਦੇ ਨੇ, ਗਾਹਾਂ ਮਿਹਨਤਾਂ ਦਾ ਮੁੱਲ ਨਾ ਪਵੇ ਜੀ, ਇਹ ਚੀਜ਼ ਹੈ ਨਾ। ਫਿਰ 35-35, 40-40 ਲੱਖ ਰੁਪਇਆ ਵਿਦੇਸ਼ਾਂ ਨੂੰ ਜਾਂਦੇ ਨੇ, ਉਹ 35-40-40 ਲੱਖ ਵੀ ਦਾਦੇ ਪੜਦਾਦਿਆਂ ਨੇ ਜ਼ਮੀਨ ਬਣਾਈ ਹੁੰਦੀ ਹੈ, ਉਹ ਵੀ ਪੁੱਤ ਲਈ ਗੂਠਾ ਲਾਉਣਾ ਪੈ ਜਾਂਦਾ ਆੜ੍ਹਤੀਆਂ 'ਤੇ, ਫਿਰ ਉੱਥੇ ਜਾ ਕੇ ਮੁੱਲ ਨਾ, ਫਿਰ ਨਸ਼ਿਆਂ ਦੀ ਦਲਦਲ 'ਚ ਧਸੇ ਜਾਂਦੇ ਨੇ। ਇਹੀ ਕਾਰਨ ਹੈ ਜੀ, ਬੇਰੁਜ਼ਗਾਰੀ ਸਭ ਤੋਂ ਵੱਡਾ।